नमस्कार, मैं दीक्षा, आप देख रहे हैं फास्ट न्यूज इंडिया। आइए नजर डालते हैं आज की तमाम बड़ी खबरों पर। अगली खबर आ रही है पंजाब के मोगा जिले से, जहां श्रद्धा और भक्ति के साथ मनाया गया महाशिवरात्रि पर्व। जी हां, खबर है पंजाब के मोगा शहर से, जहां भगवान भोलेनाथ का पवित्र त्योहार महाशिवरात्रि बड़ी ही श्रद्धा और भक्ति के साथ मनाया गया। फास्ट न्यूज इंडिया की टीम मोगा के प्रसिद्ध मंदिर श्री सनातन धर्म हरि मंदिर एवं इंस्टीट्यूट में पहुंची। वहां पर सुबह से ही शिव भक्तों की लंबी लंबी कतारें अपने भगवान के दर्शन और पूजन के लिए लगी हुई थी। सभी लोगों में बहुत खुशी, उत्साह एवं श्रद्धा दिखाई दे रही थी। बहुत से भक्त भगवान भोलेनाथ के जयकारे लगा रहे थे। कुछ भक्त मंदिर में सेवा भी कर रहे थे। भगवान भोलेनाथ के भक्त अपने इष्ट को जल, गंगा जल, बेलपत्र, दूध, फल एवं अन्य बहुत सी वस्तुएं भेंट कर रहे थे, ताकि उनके प्रभु उन पर सदा प्रसन्न रहे। सभी मंदिरों में महाशिवरात्रि के अवसर पर बहुत रौनक थी। मोगा के सनातन धर्म हरि मंदिर में शिव भक्तों ने अपने इष्ट देव के दर्शन किए, भक्ति की और आनंद की अनुभूति की। कई भक्त हरिद्वार से गंगा जल लाकर कावड़ में के रूप में भगवान भोलेनाथ को अर्पण कर रहे थे। देखिए सिटी साउथ मोगा से देवेंद्र कुमार की रिपोर्ट। अज सारे ही मंदिरों में भगवान भोलेनाथ के मंदिरों के लंबिया लंबिया लाइना लगिया हुई हैं। भगत जन जिहड़े हैगे शिव जी भगवान को जल अर्पण कर रहे हैं, फल अर्पण कर रहे हैं, बेल पत्र दिवा रहे हैं। भगतों की जिहड़ी श्रद्धा हैगी अज जो देखने को मिल रही हैगी है, बहुत ही अटूट श्रद्धा जी भगवान भोलेनाथ की ऊपर है। भगत जन वध चढ़ के रूप भगवान भोलेनाथ की भक्ति दे विच जिहड़े लीन हैं। मौजूद हैं पाठशाला मंदिर के पवन पंडित जी, आओ असीं उन्हां नाल राम राम। ਪੰਡਿਤ ਜੀ, ਸ਼ਿਵਰਾਤਰੀ ਦਾ ਜਿਹੜਾ ਤਿਉਹਾਰ ਸ਼ਿਵਰਾਤਰੀ ਦਾ ਤਿਉਹਾਰ ਜੋ ਇਹ ਅੱਜ ਤੋਂ ਨਹੀਂ ਹੈ, ਇਹ ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਮਹਾਰਾਜ ਨੇ ਉਸ ਦਿਨ ਤੋਂ ਸ੍ਰਿਸ਼ਟੀ ਦੇ ਆਦਿ ਕਾਲ ਤੋਂ ਚੱਲਿਆ ਰਿਹਾ। ਔਰ ਇਸ ਦਿਨ ਭਗਵਾਨ ਸ਼ਿਵ ਨਿਰਾਕਾਰ ਤੋਂ ਸਾਕਾਰ ਰੂਪ ਦੇ ਵਿੱਚ ਪ੍ਰਗਟ ਹੋ ਕੇ ਔਰ ਸਾਰੇ ਸੰਸਾਰ ਦੇ ਕਲਿਆਣ ਵਾਸਤੇ ਉਹਨਾਂ ਨੇ ਦਰਸ਼ਨ ਦਿੱਤੇ ਸੀ ਬ੍ਰਹਮਾ ਵਿਸ਼ਨੂੰ ਜੀ ਤੋਂ। ਔਰ ਇਸ ਤੋਂ ਬਾਅਦ ਇਹ ਹਰ ਸਾਲ ਦੇ ਵਿੱਚ ਸ਼ਿਵਰਾਤਰੀ ਹੈ ਜਿਹੜੀ ਇੱਕ ਵਾਰ ਮਹਾਂਸ਼ਿਵਰਾਤਰੀ ਔਰ ਇੱਕ ਵਾਰ ਸ਼ਿਵਰਾਤਰੀ ਨੂੰ ਸਮੇਹੇ ਆਉਂਦੀ ਹੈ। ਔਰ ਜਿਹੜੇ ਆਦਮੀ ਸਾਰਾ ਸਾਲ ਭਗਵਾਨ ਸ਼ਿਵ ਜੀ ਦਾ ਵਰਤ, ਸ਼ਿਵ ਜੀ ਦੀ ਪੂਜਾ ਨਹੀਂ ਕਰ ਸਕਦੇ, ਜੇਕਰ ਉਹ ਇੱਕ ਸ਼ਿਵਰਾਤਰੀ ਵਾਲੇ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਕਰ ਲੈਂਦੇ ਹੈ ਤਾਂ ਉਹਨਾਂ ਨੂੰ ਸਾਰੇ ਸਾਲ ਦਾ ਜੋ ਵੀ ਵਰਤ ਦਾ ਪੂਜਨ ਦਾ ਫਲ ਹੈ ਉਹ ਪ੍ਰਾਪਤ ਹੁੰਦਾ ਹੈ। ਔਰ ਅੱਜ ਦੇ ਦਿਨ ਭਗਵਾਨ ਸ਼ੰਕਰ ਜੀ ਨੇ ਸਾਕਾਰ ਰੂਪ ਦੇ ਵਿੱਚ ਪ੍ਰਗਟ ਹੋ ਕੇ ਬ੍ਰਹਮਾ ਵਿਸ਼ਨੂੰ ਜੀ ਨੂੰ ਆਪਣੀ ਪੂਜਾ ਦਾ ਅਤੇ ਹੋਰ ਬਹੁਤ ਸਾਰੀ ਚੀਜ਼ਾਂ ਦਾ ਜਿਹੜਾ ਗਿਆਨ ਹੈ ਉਹ ਦਿੱਤਾ ਹੈ। ਮਨੁੱਖ ਜੀਵਨ ਦਾ ਸਾਡਾ ਮੁੱਖ ਉਦੇਸ਼ ਹੈ ਧਰਮ, ਅਰਥ, ਕਾਮ ਅਤੇ ਮੋਕਸ਼। ਅੱਜ ਦੇ ਦਿਨ ਚਾਰ ਪਹਿਰ ਪੂਜਾ ਹੁੰਦੀ ਹੈ ਰਾਤ ਨੂੰ, ਔਰ ਚਾਰ ਪਹਿਰ ਦੇ ਵਿੱਚ ਪੂਜਾ ਕਰਨ ਵਾਲਾ ਜਿਹੜਾ ਪ੍ਰਾਣੀ ਹੈ ਧਰਮ, ਅਰਥ, ਕਾਮ ਅਤੇ ਮੋਕਸ਼। ਧਰਮ ਦਾ ਮਤਲਬ ਹੁੰਦਾ ਹੈ ਆਪਣੀ ਮਰਿਆਦਾ ਦੇ ਵਿੱਚ ਰਹਿਣਾ, ਔਰ ਕਾਮ ਦਾ ਮਤਲਬ ਹੁੰਦਾ ਹੈ ਸੰਤਾਨ ਦੇ ਵਿੱਚ ਚੰਗੇ ਸੰਸਕਾਰ ਪੈਦਾ ਕਰਨੇ, ਔਰ ਇਸ ਤੋਂ ਬਾਅਦ ਅਰਥ ਦਾ ਮਤਲਬ ਹੁੰਦਾ ਹੈ ਕਿ ਚੰਗੀ ਜਗ੍ਹਾ ਤੋਂ ਪੈਸਾ ਲੈ ਕੇ ਚੰਗੀ ਜਗ੍ਹਾ 'ਤੇ ਉਸ ਨੂੰ ਜਿੱਤੇ ਲੈ ਕੇ ਕਰਨਾ, ਉਸਨੂੰ ਵਰਤਣਾ, ਔਰ ਫਿਰ ਪਰਮਾਤਮਾ ਦਾ ਸਿਮਰਨ ਕਰਦੇ ਹੋਏ ਪਰਮਾਤਮਾ ਦੇ ਵਿੱਚ ਸਮਾ ਜਾਣਾ। ਇਹ ਅੱਜ ਦਾ ਜਿਹੜਾ ਸ਼ਿਵਰਾਤਰੀ ਦਾ ਤਿਉਹਾਰ ਹੈ ਸਾਨੂੰ ਇਸ ਚੀਜ਼ ਦੀ ਸਿੱਖਿਆ ਦਿੰਦਾ ਹੈ, ਔਰ ਨਾਲ ਇੱਕ ਦੂਸਰੇ ਦੇ ਨਾਲ ਪ੍ਰੇਮ ਪਿਆਰ ਦੇ ਨਾਲ ਕਿਵੇਂ ਅਸੀਂ ਰਹਿਣਾ ਹੈ। ਭਗਵਾਨ ਸ਼ੰਕਰ ਜੀ ਸਾਰਿਆਂ ਵਾਸਤੇ ਆਪਣਾ ਜਿਹੜਾ ਜੀਵਨ ਹੈ ਉਹ ਸਮਰਪਿਤ ਕਰ ਦਿੰਦੇ ਹੈ। ਉਹਨਾਂ ਨੇ ਆਪ ਜ਼ਹਿਰ ਪੀ ਕੇ ਸੰਸਾਰ ਨੂੰ ਅੰਮ੍ਰਿਤ ਦੇ ਦਿੱਤਾ। ਸਾਡਾ ਵੀ ਇਸੇ ਤਰ੍ਹਾਂ ਦੇ ਨਾਲ ਫਰਜ਼ ਹੈ ਕਿ ਕਿਸੇ ਦੀ ਜੇ ਮੁਸੀਬਤ ਸਾਡੇ ਉੱਤੇ ਮਾੜਾ ਮੋਟਾ ਕਸ਼ਟ ਆਉਣ ਦੇ ਨਾਲ ਤੜਪੀ ਹੋਵੇ ਤਾਂ ਸਾਨੂੰ ਉਹ ਟਾਲ ਦੇਣੀ ਚਾਹੀਦੀ ਹੈ। ਔਰ ਇਸ ਜਗ੍ਹਾ 'ਤੇ ਮੰਦਰ ਦੇ ਵਿੱਚ ਸ਼੍ਰੀ ਸਨਾਤਨ ਧਰਮ ਮੰਦਰ ਇੰਸਟੀਟਿਊਸ਼ਨ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਹਰਿਦੁਆਰ ਤੋਂ ਲਿਆ ਕੇ ਰੁਦਰਾਕਸ਼ ਅਤੇ ਗੰਗਾ ਜਲ ਅਤੇ ਭਗਤਾਂ ਦੀ ਸੇਵਾ ਦੇ ਵਿੱਚ ਫ੍ਰੀ ਦਿੱਤਾ ਜਾਂਦਾ ਹੈ ਮੰਦਰ ਕਮੇਟੀ ਵੱਲੋਂ। ਔਰ ਇਸ ਮੰਦਰ ਨੂੰ ਬਣੇ ਹੋਏ 100 ਸਾਲ ਤੋਂ ਜ਼ਿਆਦਾ ਹੋ ਚੁੱਕੇ ਹੈ। 100 ਸਾਲ ਤੋਂ ਇਹ ਸ਼ਰਧਾ ਦਾ ਕੇਂਦਰ ਹੈ, ਮੰਦਰ ਮੁੱਖ ਜਿਹੜਾ ਮੰਦਰ ਹੈ। ਇਹਦੇ ਵਿੱਚ ਜਿੰਨੇ ਵੀ ਲੋਕ ਆਉਂਦੇ ਹੈ ਬਹੁਤ ਸਾਰੇ ਲੋਕਾਂ ਦੀ ਭਾਵਨਾ ਇਹ ਹੈ,
ਵਿੱਚੋਂ ਆਪਾਂ ਕਹਿ ਦਈਏ 90% ਦੀ ਕਿ ਜੋ ਵੀ ਅਸੀਂ ਇਸ ਜਗ੍ਹਾ 'ਤੇ ਮੰਗਤ ਮੰਗਦੇ ਹਾਂ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਜਲਦੀ ਪੂਰੀ ਹੁੰਦੀ ਹੈ। ਸੇਵਾ ਕਰਨ ਵਾਸਤੇ ਹਰ ਇੱਕ ਬੱਚਾ ਹਰ ਇੱਕ ਆਦਮੀ ਇਸ ਮੰਦਰ ਦੇ ਵਿੱਚ ਤਿਆਰ ਹੈ। ਜਿਵੇਂ ਤੁਸੀਂ ਦੇਖ ਰਹੇ ਹੋ ਬੱਚੀਆਂ ਸੇਵਾ ਕਰ ਰਹੀਆਂ, ਉਹ ਸਾਰੀ ਜਨਤਾ ਇਸ ਜਗ੍ਹਾ 'ਤੇ ਆ ਰਹੀ ਹੈ, ਭਾਈ ਸਾਹਿਬ ਵੀ ਸੇਵਾ ਕਰਨ ਵਾਸਤੇ ਆਏ ਹੋਏ ਨੇਗੇ ਔਰ ਇਸ ਜਗ੍ਹਾ 'ਤੇ ਆ ਕੇ ਸੇਵਾ ਕਰਨ ਵਾਲਿਆਂ ਨੂੰ ਬੜਾ ਇੱਕ ਸਕੂਨ ਮਿਲਦਾ ਹੈ ਔਰ ਸ਼ਿਵਜੀ ਮਹਾਰਾਜ ਦੀ ਉਹ ਕਿਰਪਾ ਖਾਸ ਤੌਰ 'ਤੇ ਰਹਿੰਦੀ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ਿਵਰਾਤਰੀ ਵਾਲੀ ਰਾਤ ਨੂੰ ਚਾਰ ਪੈਰ ਜਾਂਦੀ ਹੈ, ਉਹ ਕਿਹੜੇ ਕਿਹੜੇ ਟਾਈਮ 'ਤੇ ਅੱਜ ਜਾਂਦੀ? ਪਹਿਲੇ ਜਿਹੜੀ ਪੂਜਾ ਹੋਏਗੀ 6 ਵਜੇ ਤੋਂ ਲੈ ਕੇ 9 ਵਜੇ ਤੱਕ, ਫਿਰ 9 ਤੋਂ 12, 12 ਤੋਂ 3, 3 ਤੋਂ ਸਵੇਰੇ ਪ੍ਰਾਤਕਾਲ ਅਗਲੇ ਦਿਨ 6 ਵਜੇ ਤੱਕ। ਉਸ ਤੋਂ ਬਾਅਦ ਕੋਈ ਹਵਨ ਪਾਠ ਵਗੈਰਾ ਵੀ ਹੋਏਗਾ? ਨਹੀਂ, ਸੰਪੰਨ ਹੁੰਦੀ ਪੂਜਾ ਵਿੱਚ। ਅਤੇ ਜੋ ਤੁਸੀਂ ਦੱਸਿਆ ਹੈਗਾ ਜੋ ਸ਼ਿਵਰਾਤਰੀ ਦਾ ਅੱਜ ਤਿਉਹਾਰ ਹੈ, ਇਹਦੇ ਲਈ ਤੁਸੀਂ ਮਾਨਵਤਾ ਲਈ ਕੀ ਹੁੰਦੇ? ਮਾਨਵਤਾ ਦੇ ਲਈ ਇਹ ਕਿ ਭਗਵਾਨ ਸ਼ੰਕਰ ਜੀ ਦੀਆਂ ਦੱਸੀਆਂ ਹੋਈਆਂ ਜੋ ਸਾਨੂੰ ਸ਼ਿਕਸ਼ਾਵਾਂ ਹੈ ਕਿ ਆਪਣੇ ਉੱਤੇ ਵੀ ਜੇ ਅਸੀਂ ਕਸ਼ਟ ਲੈ ਕੇ ਕਿਸੇ ਦਾ ਭਲਾ ਕਰ ਸਕਦੇ ਹੋਈਏ ਤਾਂ ਸਾਨੂੰ ਉਹਦੇ ਵਿੱਚ ਪਿੱਛੇ ਨਹੀਂ ਹਟਣਾ ਚਾਹੀਦਾ। ਭਗਵਾਨ ਸ਼ੰਕਰ ਜੀ ਨੇ ਜਦੋਂ ਸਮੁੰਦਰ ਬੰਦ ਕਰਵਾਇਆ ਉਹਦੇ ਵਿੱਚੋਂ ਜ਼ਹਿਰ ਨਿਕਲਿਆ ਸਭ ਤੋਂ ਪਹਿਲੇ, ਜ਼ਹਿਰ ਉਹਨਾਂ ਨੇ ਆਪ ਲੈ ਲਿਆ ਔਰ ਆਪਣੇ ਦੇਵਤਾਵਾਂ ਨੂੰ ਅਤੇ ਸਮਾਜ ਦੇ ਵਾਸਤੇ ਉਹਨੇ। ਸਾਡੇ ਨਾਲ ਕੁਝ ਭਗਤ ਜਨ ਵੀ ਮੌਜੂਦ ਹਨ ਜੋ ਕਿ ਸਵੇਰ ਤੋਂ ਹੀ ਇੱਥੇ ਸੇਵਾ ਕਰ ਰਹੇ ਹਨ, ਆਓ ਅਸੀਂ ਉਹਨਾਂ ਨਾਲ ਮਿਲੀਏ। ਹਾਂਜੀ, ਤੁਹਾਡਾ ਕੀ ਨਾਮ? ਕਦੋਂ ਤੋਂ ਇੱਥੇ ਸੇਵਾ ਕਰਦੇ? ਅਤੇ ਕੀ ਸੇਵਾ ਤੁਸੀਂ ਇੱਥੇ ਕਰਦੇ? ਸੇਵਾ ਕਰਕੇ ਕਿਸ ਤਰ੍ਹਾਂ ਦਾ ਮਹਿਸੂਸ? ਫਿਰ ਤੁਸੀਂ ਇਸ ਖੁਸ਼ੀ ਵਿੱਚ ਭੋਲੇਨਾਥ ਦਾ ਇੱਕ ਜੈਕਾਰਾ ਦਿੱਤਾ ਨਾਲ ਵੀ ਬਹੁਤ ਅੱਛਾ ਦਿਨ ਹੈ, ਬੜਾ ਮਹਾਨ ਦਿਨ ਹੈ ਸਾਡੇ ਸਿੱਖ ਧਰਮ ਦਾ। ਇਸ ਕਰਕੇ ਸਾਡੇ ਪਰਿਵਾਰ ਨਾਲ ਪ੍ਰਾਰਥਨਾ ਕਰਨਾ ਹੈ ਕਿ ਆਹ ਜਿਹੜਾ ਕਰੋਨਾ ਦਾ ਕਸ਼ਟ ਹੈ, ਦੂਜੇ ਕਸ਼ਟ ਹੈ, ਖਤਮ ਕੀਤੇ ਜਾਣ ਤਾਂ ਕਿ ਸਿੱਖ ਜਾਣ ਦੀ ਭਗਤ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਘਰੇ ਵੀ ਡੀਜੇ ਲਗਾਇਆ ਹੈ, ਭੋਲੇਨਾਥ ਦਾ ਵਿਆਹ ਜਿਹੜਾ ਹੈਗਾ ਅਸੀਂ ਨੱਚ